ਵੈਲਕਮ ਟੂ ਆਲ ਆਫ ਦੀ ਸਵਾਗਤ ਹੈ ਤੁਹਾਡੇ ਆਪਣੇ ਚੈਨਲ MSW ਸਟੱਡੀ ਫਾਰ ਜੌਬ ਦੇ ਵਿੱਚ ਔਰ ਗੱਲ ਕਰਾਂਗੇ ਆਪਾਂ ਜੋ ਕਿ ਪੰਜਾਬ ਦੇ ਵਿੱਚ ਇੱਕ ਟੀਚਰ ਭਰਤੀ ਨਿਕਲੀ ਹੈ ਮਾਸਟਰ ਕੇਡਰ ਦੀ ਇਸ ਤੋਂ ਇਲਾਵਾ ਈਡੀਟੀ ਦੀ ਵੀ ਕਾਫੀ ਵੈਕੈਂਸੀਆਂ ਆਈਆਂ ਹੋਈਆਂ ਇਸਲਾਵਾ ਪੰਜਾਬ ਦੇ ਵਿੱਚ ਗਵਰਨਮੈਂਟ ਦੇ ਜੋਬ ਦੀਆਂ ਜਿੰਨੀ ਵੀ ਤਰ੍ਹਾਂ ਦੀ ਐਗਜ਼ਾਮ ਦੀ ਜਿਹੜੀ ਪ੍ਰੈਪਰੇਸ਼ਨ ਹੁੰਦੀ ਹੈ ਆਪਣੇ ਚੈਨਲ ਤੇ ਕਰਾਈ ਜਾਂਦੀ ਹੈ ਉਹ ਹੁਣ ਅੱਜ ਦਾ ਜਿਹੜਾ ਮੇਨ ਮਕਸਦ ਕੀ ਹੈ ਕਿ ਜੋ ਪੰਜਾਬ ਦੇ ਵਿੱਚ ਮਾਸਟਰ ਗ੍ਰੈਜੂਏਟ ਦੀ ਭਰਤੀ ਹੈ ਸੋ ਉਸ ਨਾਲ ਸੰਬੰਧਤ ਅਸੀਂ ਜਿਹੜਾ ਸੈਕੰਡ ਬੈਚ ਸਟਾਰਟ ਕਰਨ ਲੱਗੇ ਆ ਸਵਿਕਸ ਦਾ ਸਵਿਕਸ ਦਾ ਮਤਲਬ ਤੁਸੀਂ ਐਸਐਸਟੀ ਮਾਸਟਰ ਗ੍ਰੈਜੂਏਟ ਦੇ ਲਈ ਜਿਹੜਾ ਦੋ ਸਬਜੈਕਟ ਜਿਹੜੇ ਚੂਜ਼ ਕਰਨੇ ਹੁੰਦੇ ਆ ਐਸਐਸਟੀ ਦੇ ਵਿੱਚ ਚਾਹੇ ਉਹ ਸਵਿਕਸ ਹਿਸਟਰੀ ਹੈਗੀ ਹੈ ਚਾਹੇ ਸਵਿਕਸ ਇਕਨੋਮਿਕਸ ਹੈ ਗਿਆ ਚਾਹੇ ਸਵਿਕਸ ਜੀਓਗ੍ਰਾਫੀ ਹੈ ਗਿਆ ਸੋ ਉਸ ਦੇ ਮਤਾਬਿਕ ਆਪਾਂ ਜਿਹੜੀ ਸਵਿਕਸ ਦੀ ਤਿਆਰੀ ਤੁਹਾਨੂੰ ਕਰਾ ਰਹੇ ਹਾਂ ਓਨਲੀ ਸਵਿਕਸ ਸਬਜੈਕਟ ਤੁਹਾਡਾ ਜਿਨ੍ਹਾਂ ਨੇ ਸਵਿਕਸ ਸਬਜੈਕਟ ਨੂੰ ਚੂਜ਼ ਕੀਤਾ ਪੋਲੀਟਿਕਲ ਜੁਡੀਸਟੂ ਆਪਾਂ ਪੋਲ ਸਾਇੰਸ ਕਹਲੇ ਆ ਸਵੈਕਟ ਆਪਣੇ ਮਾਸਟਰ ਗ੍ਰੇਡ ਲਈ ਚੂਜ਼ ਕੀਤਾ ਸੋ ਉਹਨਾਂ ਦੇ ਲਈ ਬਹੁਤ ਹੀ ਬੈਨੀਫਿਟ ਜਿਹੜੇ ਲੈਕਚਰ ਜਿਹੜੇ ਆਪਾਂ ਸਟਾਰਟ ਕਰਨ ਜਾ ਰਹੇ ਆ ਪੇਡ ਕਲਾਸ ਸਟਾਰਟ ਕਰਨ ਜਾ ਰਹੇ ਆ ਔਰ ਬਿਲਕੁਲ ਇਹ ਸਮਝੋ ਕਿ ਫ੍ਰੀ ਹੀ ਕਲਾਸ ਹੋਏਗੀ ਉਸ ਦੇ ਵਿੱਚ ਕੋਈ ਜ਼ਿਆਦਾ ਕਾਸਟ ਨਹੀਂ ਹੋਏਗੀ ਹੁਣ ਤੁਹਾਨੂੰ ਮੈਂ ਦੱਸਦਾ ਕਿ ਇਸ ਦਾ ਪੂ ਮੈਂ ਤੁਹਾਨੂੰ ਦੱਸਦਾ ਕਿ ਜੋ ਸਬਜੈਕਟ ਐਸਐਸਟੀ ਮਾਸਟਰ ਗ੍ਰੇਡ ਦੀ ਤਿਆਰੀ ਕਰ ਰਿਹਾ ਹੈ ਸੋ ਉਹਨਾਂ ਲਈ ਸੈਕੰਡ ਬੈਚ ਸਟਾਰਟ ਹੋ ਚੁੱਕਿਆ ਹੈ ਸਵਿਕਸ ਦਾ ਸੈਕੰਡ ਬੈਚ ਸਟਾਰਟ ਹੋਇਆ ਨਹੀਂ ਮਤਲਬ ਹੋਣ ਵਾਲਾ ਹੈ ਠੀਕ ਹੈ ਲਗਭਗ 15 ਅਕਤੂਬਰ ਤੋਂ ਸਟਾਰਟ ਹੋਏਗਾ ਸੈਕੰਡ ਬੈਚ ਠੀਕ ਹੈ ਔਰ ਜਿਸ ਦੇ ਵਿੱਚ ਸਵਿਕਸ ਦੀ ਤੁਹਾਨੂੰ ਲੈਕਚਰ ਵੀਡੀਓ ਥਿਉਰੀ ਕਲਾਸ ਜਿਹੜੀ ਮਿਲੇਗੀ ਠੀਕ ਹੈ ਮੰਨ ਲਓ ਵੀ ਤੁਹਾਨੂੰ ਲੈਕਚਰ ਵੀਡੀਓਜ਼ ਮਿਲਣਗੀਆਂ ਜਿਸ ਦੇ ਵਿੱਚ ਤੁਹਾਨੂੰ ਪੂਰੀ ਥਿਉਰੀ ਕਰਾਈ ਜਾਏਗੀ ਜਿਹੜਾ ਤੋਂ ਡਾ ਸਵਿਕਸ ਦਾ ਸਿਲੇਬਸ ਹੈ स्लेव्स ਦੇ ਮੁਤਾਬਕ ਇੱਕ ਇੱਕ ਟਾਪਿਕ ਵਾਸ ਜਿਹੜਾ ਤੁਹਾਨੂੰ ਸਵਿਕਸ ਦੀ ਪ੍ਰੋਪਰ ਜਿਹੜੀ ਬਰੀਕੀ ਨਾਲ ਤਿਆਰੀ ਕਰਾਈ ਜਾਏਗੀ ਔਰ ਜਿਸ ਦੇ ਵਿੱਚ ਸਭ ਤੋਂ ਅਹਿਮ ਗੱਲ ਹੈ ਤੁਹਾਨੂੰ ਐਮਸੀਕਿਊ ਟੈਸਟ ਵੀ ਦਿੱਤੇ ਜਾਣਗੇ ਠੀਕ ਹੈ ਔਰ ਪੂਰੇ ਸਲੇਵਸ ਦੇ ਐਮਸੀਕਿਊ ਟੈਸਟ ਦਿੱਤੇ ਜਾਣਗੇ ਔਰ ਫ੍ਰੀ ਨੋਟਸ ਪੀਡੀਐਫ ਮਿਲਣਗੇ ਸਭ ਤੋਂ ਵੱਡੀ ਗੱਲ ਹੈ ਕਿ ਜੋ ਤੁਹਾਨੂੰ ਲੈਕਚਰ ਮਿਲੇਗਾ ਉਸ ਦਾ ਫ੍ਰੀ ਪੀਡੀਐਫ ਵੀ ਤੁਹਾਨੂੰ ਉਸੇ ਟਾਈਮ ਪ੍ਰੋਵਾਈਡ ਕਰਾਇਆ ਜਾਏਗਾ ਔਰ ਬਿਲਕੁਲ ਫ੍ਰੀ ਨੋਟਸ ਹੋਣਗੇ ਹੁਣ ਮੈਂ ਤੁਹਾਨੂੰ ਦੱਸਦਾ ਕਿ ਜੇਕਰ ਤੁਸੀਂ ਕਿਸੇ ਕੋਚਿੰਗ ਸੈਂਟਰ ਦੇ ਵਿੱਚ ਜਾਂਦੇ ਹੋ ਜਾਂ ਕਿਸੇ ਵੀ ਕਿਸੇ ਵੀ ادارے ਤੋਂ ਤੁਸੀਂ ਮਾਸਟਰ ਗ੍ਰੈਜੂਏਟ ਟੀਚਰ ਭਰਤੀ ਲਈ ਤਿਆਰੀ ਕਰਦੇ ਹੋ ਤਾਂ ਤੁਹਾਡੇ ਤੋਂ 10000 ਰੁਪਏ ਲਿਆ ਜਾਏਗਾ 10000 ਨਹੀਂ 15000 ਵੀ ਹੋ ਸਕਦਾ ਹੈ ਕਿ ਤੁਹਾਡੇ ਤੋਂ ਕੋਰਸ ਦਾ ਪੂਰਾ ਲਿਆ ਜਾਏਗਾ ਕਿਉਂਕਿ ਜੇਕਰ ਆਪਾਂ ਸਮਝੀਏ ਕਿਉਂਕਿ ਦੋ ਸਬਜੈਕਟ ਦੀ ਤਿਆਰੀ ਤੁਹਾਨੂੰ ਕਰਾਈ ਜਾਏਗੀ ਐਸਐਸਟੀ ਚ ਚਾਹੇ ਹਿਸਟਰੀ ਸਵਿਕਸ ਹੋ ਜਾਏ ਚਾਹੇ ਸਵਿਕਸ ਜੀਓਗ੍ਰਾਫੀ ਹੋ ਜਾਏ ਚਾਹੇ ਹਿਸਟਰੀ ਜੀਓਗ੍ਰਾਫੀ ਹੋਵੇ ਦੋ ਦੀ ਤਿਆਰੀ ਕਰਾਈ ਜਾਏਗੀ ਮੈਕਸਿਮਮ ਤੁਹਾਨੂੰ ਦੋ ਸਬਜੈਕਟਾਂ ਦੀ ਤਿਆਰੀ ਕਰਾਉਣ ਲਈ ਜਿਹੜਾ ਕੁੱਲ ਫੀਸ ਜਿਹੜੀ ਪੇ ਕਰਨੀ ਹੋਏਗੀ ਕਿਸੇ ਵੀ ਇੰਸਟੀਚਿਊਟ ਦੀ 10000 ਮੈਕਸਿਮਮ ਹੋਏਗੀ ਠੀਕ ਹੈ ਸੋ ਆਪਾਂ ਸਿਰਫ ਇੱਕ ਸਬਜੈਕਟ ਦੀ ਤਿਆਰੀ ਕਰਾ ਰਹੇ ਹਾਂ ਸਵਿਕਸ ਦੀ ਪਰ ਦੋਨਾਂ ਦੀ ਵੀ ਕਰਾ ਰਹੇ ਹਾਂ ਉਹਦਾ ਵੀ ਤੁਹਾਨੂੰ ਦੱਸਨੇ ਕਿ ਦੂਸਰੇ ਸਬਜੈਕਟ ਦੀ ਤਿਆਰੀ ਤੁਸੀਂ ਕਿਵੇਂ ਕਰੋਗੇ ਸਵਿਕਸ ਦੀ ਤਿਆਰੀ ਆਪਾਂ ਕਰਾ ਰਹੇ ਹਾਂ ਠੀਕ ਹੈ ਇਸ ਦੀ ਕੋਸਟ ਕੀ ਰੱਖਦੇ ਹਾਂ ਉਹ ਵੀ ਤੁਹਾਨੂੰ ਦੱਸ ਹਿਸਟਰੀ ਦੀ ਤਿਆਰੀ ਕਰ ਰਹੀ ਹੈ ਦੋਨੋਂ ਸਬਜੈਕਟ ਚੂਜ਼ ਕਰਕੇ ਸੋ ਹਿਸਟਰੀ ਦੀਆਂ ਆਪਣੇ ਕੋਲੇ ਲਗਭਗ ਫ੍ਰੀ ਕਲਾਸਾਂ ਚੱਲ ਰਹੀਆਂ ਆਪਣੇ ਚੈਨਲ ਤੇ ਔਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੁਹਾਨੂੰ ਪਲੇਲਿਸਟ ਮਿਲ ਜੂ ਔਰ ਜਿਸ ਦੇ ਲਗਭਗ 44 ਤੋਂ 45 ਲੈਕਚਰ ਬਣ ਚੁੱਕੇ ਆ ਔਰ ਜਿਸ ਦੇ ਵਿੱਚ ਤੁਹਾਨੂੰ ਕੰਪਲੀਟ ਇੰਡੀਅਨ ਹਿਸਟਰੀ ਕਰਾ ਦਿੱਤੀ ਗਈ ਹੈ ਪ੍ਰਾਚੀਨ ਹਿਸਟਰੀ ਕਰਾਈ ਹੈ ਉਸ ਤੋਂ ਬਾਅਦ ਫਿਰ ਮੱਧਕਲੀਨ ਹਿਸਟਰੀ ਕਰਾਈ ਹੈ ਫਿਰ ਮਾਡਰਨ ਹਿਸਟਰੀ ਚੱਲ ਰਹੀ ਹੈ ਪੰਜਾਬ ਹਿਸਟਰੀ ਜਲਦੀ ਕੰਪਲੀਟ ਕਰਾਂਗੇ ਉਹ ਲੈਕਚਰ ਤੁਸੀਂ ਫਾਲੋ ਕਰ ਸਕਦੇ ਹੋ ਬਿਲਕੁਲ ਫ੍ਰੀ ਕਲਾਸਾਂ ਥਿਉਰੀ ਵਿਦਦ ਤੁਹਾਨੂੰ ਐਮਸੀਕਿਊ ਮਿਲਣਗੇ ਠੀਕ ਹੈ ਉਹ ਕਲਾਸਾਂ ਨੂੰ ਤੁਸੀਂ ਜੁਆਇਨ ਕਰਕੇ ਜੋ ਕਿ ਆਪਣੇ ਚੈਨਲ ਤੇ ਪਲੇਲਿਸਟ ਤੁਹਾਨੂੰ ਮਿਲ ਜਾਏਗੀ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਔਰ ਹੁਣ ਜਿਹੜੀ ਸਵਿਕਸ ਦੀ ਕਲਾਸ ਹੈ ਸੋ ਇਹ ਆਪਾਂ ਪੇਡ ਕਲਾਸ ਸਟਾਰਟ ਕੀਤੀ ਹੋਈ ਹੈ ਇਸ ਦਾ ਪਹਿਲਾ ਇੱਕ ਬੈਚ ਲਗਭਗ ਸਮਾਪਤ ਹੋਣ ਵਾਲਾ ਸੈਕੰਡ ਬੈਚ ਆਪਾਂ ਸਟਾਰਟ ਕਰ ਰਹੇ ਹਾਂ ਔਰ ਜਿੱਦੇ ਫੁੱਲ ਸਿਲੇਬਸ ਕੰਪਲੀਟ ਕਰਾਇਆ ਜਾਏਗਾ ਔਰ ਤੁਸੀਂ ਇਹ ਬੈਚ ਨੂੰ ਸਟਾਰਟ ਕਰ ਜਿਹੜਾ ਜੁਆਇਨ ਕਰ ਸਕਦੇ ਹੋ ਸੈਕੰਡ ਬੈਚ ਜੋ ਕਿ ਆਪਣਾ ਚੱਲ ਰਿਹਾ ਓਨਲੀ 1000 ਰੁਪਏ ਦੇ ਵਿੱਚ ਔਰ ਜੇਕਰ ਤੁਸੀਂ ਕਿਸੇ ਕੋਚਿੰਗ ਸੈਂਟਰ ਵਿੱਚ ਇਸ ਸਬਜੈਕਟ ਦੀ ਤਿਆਰੀ ਕਰੋਗੇ ਸਿਵਿਕਸ ਦੀ ਓਨਲੀ ਮਾਸਟਰ ਗ੍ਰੇਡ ਵਾਸਤੇ ਤਾਂ ਤੁਹਾਡੇ ਤੋਂ 5000 ਮੈਕਸਿਮਮ ਲਿਆ ਜਾਏਗਾ ਸਿਰਫ ਇੱਕ ਸਬਜੈਕਟ ਵਾਸਤੇ ਕਿਉਂਕਿ ਜੇ ਦੋਨਾਂ ਦੀ ਕਰੋਗੇ ਤਾਂ ਫਿਰ ਤੁਹਾਨੂੰ ਪਤਾ ਕਿ 10000 ਤੇ 15000 ਲਿਆ ਜਾਊਗਾ ਜੇ ਇੱਕ ਦੀ ਕਰੋਗੇ ਤਾਂ 5000 ਪਰ ਆਪਾਂ ਸਿਰਫ ਤੁਹਾਨੂੰ ਇੱਕ ਆਫਰ ਦੇ ਰਹੇ ਹਾਂ ਔਰ ਟਿਲ ਜਿਹੜਾ ਤੁਸੀਂ ਦੇਖ ਸਕਦੇ ਹੋ ਇਹ 5 ਅਕਤੂਬਰ ਤੱਕ ਤੁਹਾਡੇ ਕੋਲੇ ਆਫਰ ਹੈ ਤੁਸੀਂ ਜੁਆਇਨ ਕਰ ਸਕਦੇ ਹੋ 1000 ਰੁਪਏ ਦੇ ਵਿੱਚ ਜਿਹੜਾ ਤੁਸੀਂ ਜੁਆਇਨ ਕਰ ਸਕਦੇ ਹੋ ਬਿਲਕੁਲ ਜਿਹੜੀ ਇੱਕ ਇੱਕ ਚੀਜ਼ ਤੁਹਾਨੂੰ ਨੋਟ ਕਰਾਈ ਜਾਏਗੀ ਔਰ ਇਹ ਆਪਣਾ ਕੰਟੈਕਟ ਨੰਬਰ ਰਹੇਗਾ ਤੁਸੀਂ ਦੇਖ ਸਕਦੇ ਹੋ 987873157 987 8731752 ਤੇ ਜਿਹੜਾ only whatsapp ਐਸਐਮਐਸ ਕਰਕੇ ਜਿਹੜੀ ਫੁੱਲ ਇਨਫੋ ਲੈ ਸਕਦੇ ਹੋ ਠੀਕ ਹੈ ਇਹ ਆਫਰ ਜਿਹੜਾ 1000 ਰੁਪਏ ਦੇ ਵਿੱਚ ਜਿਹੜਾ ਤੁਹਾਨੂੰ 5 ਅਕਤੂਬਰ ਤੱਕ ਹੈ ਤਾਂ ਉਸ ਤੋਂ ਬਾਅਦ ਹੋ ਸਕਦਾ ਥੋੜੀ-ਮੋਟੀ ਫੀਸ ਜਿਹੜੀ ਗੇਨ ਹੋ ਸਕਦੀ ਹੈ ਔਰ ਤੁਹਾਡਾ ਇੱਥੇ ਜਿਹੜਾ 4000 ਰੁਪਏ ਜਿਹੜੇ ਤੁਹਾਡੇ ਬੱਚੇ ਤੋਂ ਹੋਣ ਵਾਲੀ ਹੈ ਔਰ ਜਿਨੇ ਵੀ ਮਾਸਟਰਕੈਟ ਦੀ ਇੰਟਰਸਟਡ ਹੈਗੇ ਆ ਜੋ ਕਿ ਗਵਰਨਮੈਂਟ ਜੌਬ ਦੇ ਚਾਹਤ ਹੈਗੇ ਆ ਗਵਰਨਮੈਂਟ ਜੌਬ ਤੇ ਇੰਟਰਸਟਡ ਹੈਗੇ ਆ ਸੋ ਉਹ ਇੱਕ ਕੋਰਸ ਨੂੰ ਜੁਆਇਨ ਜ਼ਰੂਰ ਕਰ ਸਕਦੇ ਆ ਔਰ ਜਿਹੜੀਆਂ ਕਲਾਸਾਂ ਸਟਾਰਟ ਹੋਣਗੀਆਂ 15 ਅਕਤੂਬਰ ਤੋਂ ਕਲਾਸਾਂ ਸਟਾਰਟ ਹੋ ਜਾਣਗੀਆਂ ਠੀਕ ਹੈ 15 ਅਕਤੂਬਰ ਤੋਂ ਕਲਾਸਾਂ ਆਪਾਂ ਸਟਾਰਟ ਕਰ ਦੇਵਾਂਗੇ ਉਸ ਦੀ ਟਾਈਮਿੰਗ ਕੀ ਹੋਏਗੀ ਉਹ ਸਟੂਡੈਂਟ ਦੇ ਬਿਹੇਵ ਤੇ ਹੋਏਗੀ ਠੀਕ ਹੈ ਲਾਈਵ ਕਲਾਸਾਂ ਮਿਲਣਗੀਆਂ ਬਿਲਕੁਲ ਸਭ ਤੋਂ ਪੋਰਟੈਂਟ ਹੈ ਕਿ ਬੱਚਿਆਂ ਨੂੰ ਜੋ ਕਿ ਜੁਆਇਨ ਕਰਨਗੇ ਉਹਨਾਂ ਨੂੰ ਲਾਈਵ ਕਲਾਸ ਮਿਲੇਗੀ ਔਰ ਬਿਦ ਤੁਸੀਂ ਚੈਟ ਰਾਹੀਂ ਜਿਹੜਾ ਆਪਣੇ ਕੁਐਸਚਨ ਕਰ ਸਕੋ ਲਾਈਵ ਕਲਾਸ ਦੇ ਵਿੱਚ ਤੁਹਾਨੂੰ ਥਿਊਰੀ ਕਰਾਈ ਜਾਏਗੀ ਹੋਰ ਇਹ ਕਲਾਸਾਂ ਜਿਹੜੀਆਂ ਤੁਸੀਂ ਜੁਆਇਨ ਕਰ ਸਕਦੇ ਹੋ ਠੀਕ ਹੈ ਔਰ ਜੇਕਰ ਤੁਸੀਂ ਇਹ ਕਲਾਸਾਂ ਇਸ ਤੋਂ ਪਹਿਲਾਂ ਜੁਆਇਨ ਕਰ ਚੁੱਕੇ ਹੋ ਕਿਉਂਕਿ ਆਪਣਾ ਸੈਕੰਡ ਬੈਚ ਆ ਫਰਸਟ ਬੈਚ ਲਗਭਗ ਸਮਾਪਤ ਹੋਣ ਵਾਲਾ ਸੋ ਜਿਨ੍ਹਾਂ ਨੇ ਸੈਕੰਡ ਬੈਚ ਸਟਾਰਟ ਕਰਨਾ ਚਾਹੁੰਦੇ ਆ ਠੀਕ ਹੈ ਉਹ ਜ਼ਰੂਰ ਜੁਆਇਨ ਕਰੋ ਔਰ ਜਿਨ੍ਹਾਂ ਨੇ ਪਹਿਲਾ ਬੈਚ ਸਟਾਰਟ ਕੀਤਾ ਉਹ ਪਲੀਜ਼ ਸ਼ੇਅਰ ਕਰੋ ਤਾਂ ਕਿ ਜਿਨੇ ਵੀ ਗਰੀਬ ਵਰਗ ਦੇ ਜਿਹੜੇ ਸਟੂਡੈਂਟ ਹੈਗੇ ਆ ਜੋ ਕਿ 15000 ਜੇਕੇ ਜਾਂ 10000 ਰੁਪਿਆ ਦੇ ਕੇ ਆਪਣੀ ਕੋਚਿੰਗ ਨਹੀਂ ਲੈ ਸਕਦੇ ਠੀਕ ਹੈ ਆਪਣੇ ਮਨ ਦੀਆਂ ਇੱਛਾਵਾਂ ਨੂੰ ਜਿਹੜਾ ਦੱਬ ਲੈਂਦੇ ਆ ਸੋ ਉਹਨਾਂ ਲਈ ਇੱਕ ਬੈਨੀਫਿ ਜਿਹੜੀ ਇਹ ਗੁੱਡ ਨਿਊਜ਼ ਹੈਗੀ ਐ ਸੋ ਉਹ ਆਪਣਾ ਜੁਆਇਨ ਕਰ ਸਕਦੇ ਆ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਆਪਣੇ ਦੋਸਤਾਂ ਦੇ ਕਰ ਆਪਣੇ ਭੈਣਾਂ ਭਰਾਵਾਂ ਤੇ ਇੱਕ ਠੀਕ ਹੈ ਜੋ ਵੀ ਇਸ ਕੋਰਸ ਲਈ ਹਲੇ ਵੇਟ ਕਰ ਰਹੇ ਆ ਕਿਉਂਕਿ ਮਾਸਟਰ ਜੈਟ ਐਗਜ਼ਾਮ ਜਲਦੀ ਹੀ ਜਿਹੜਾ ਉਸਦੀ ਡੇਟ ਅਨਾਉਂਸ ਹੋ ਸਕਦੀ ਹੈ ਇੱਕ ਚੀਜ਼ ਤੁਹਾਨੂੰ ਹੋਰ ਦੱਸਦਾ ਹੁਣ ਬਹੁਤ ਸਾਰੇ ਇਹ ਸੋਚਣਗੇ ਕਿ ਸਾਨੂੰ ਮਾਸਟਰ ਜੈਟ ਐਗਜ਼ਾਮ ਦੀ ਡੇਟ ਜਲਦੀ ਨਾ ਆ ਜਾਵੇ ਕਿਤੇ ਸਾਡਾ ਸਲੇਵਸ ਨਾ ਰਹਿ ਜਾਵੇ ਅਜਿਹਾ ਕੁਝ ਨਹੀਂ ਤਾਨੂੰ ਸਿਲੇਬਸ ਕੰਪਲੀਟ ਕਰਾਇਆ ਜਾਏਗਾ ਚਾਹੇ ਇੱਕ ਦਿਨ ਦੇ ਵਿੱਚ 4 ਘੰਟੇ ਕਲਾਸ ਕਿ ਹੁਣਾਂ ਲਾਉਣੀ ਪੈਸੇ ਜਦੋਂ ਮਾਸਟਰਗੇਟ ਦੀ ਡੇਟ ਆ ਜਾਂਦੀ ਹੈ ਤਾਂ ਮਾਸਟਰਗੇਟ ਤੋਂ ਪਹਿਲਾਂ ਪਹਿਲਾਂ ਤੁਹਾਡਾ ਸਿਲੇਬਸ ਹਰ ਹਾਲਤ ਦੇ ਵਿੱਚ ਕੰਪਲੀਟ ਹੋਵੇਗਾ ਠੀਕ ਹੈ ਵੈਸੇ ਤਾਂ ਮਾਸਟਰਗੇਟ ਦੀ ਐਗਜ਼ਾਮ ਦੀ ਡੇਟ ਹਜੇ ਕੋਈ ਆਉਣ ਵਾਲੀ ਨਹੀਂ ਪਰ ਆਪਾਂ ਮੰਨ ਲਓ ਥੋੜਾ ਥੋੜਾ ਕਰਕੇ ਕਲਾਸ ਵਾਜ ਵੀ ਜਿਹੜਾ ਕੰਪਲੀਟ ਕਰ ਲਾਂਗੇ ਸਿਲੇਬਸ ਜੇਕਰ ਐਮਰਜੈਂਸੀ ਕੋਈ ਇਸ ਤਰ੍ਹਾਂ ਦੀ ਸਿਚੁਏਸ਼ਨ ਹੁੰਦੀ ਹੈ ਕਿ ਐਗਜ਼ਾਮ ਦੀ ਜਲਦੀ ਡੇਟ ਆਉਂਦੀ ਹੈ ਸੋ ਫਿਰ ਵੀ ਆਪਾਂ ਜਿਹੜੀਆਂ ਕਲਾਸਾਂ ਨੇ ਤੁਹਾਡੇ ਵਾਸਤੇ ਇੱਕ ਦਿਨ ਦੇ ਵਿੱਚ ਦੋ ਦੋ ਕਲਾਸਾਂ ਕਰਕੇ ਤੁਹਾਡਾ ਸਿਲੇਬਸ ਕੰਪਲੀਟ ਹੋਏਗਾ 100% ਸਿਲੇਬਸ ਕੰਪਲੀਟ ਹੋਏਗਾ ਔਰ ਬਿੱਦ ਤੁਹਾਨੂੰ ਜਿਹੜਾ ਪੀਡੀਐਫ ਨੋਟਸ ਫ੍ਰੀ ਪ੍ਰਾਇਡ ਕਰਾਏ ਜਾਣਗੇ ਔਰ ਤੁਹਾਡੇ ਟੈਸਟ ਵੀ ਹੋਣਗੇ ਠੀਕ ਹੈ ਜੀ ਇਹ ਇਨਫੋ ਸੀਗੀ ਔਰ ਇਸ ਨੂੰ ਸ਼ੇਅਰ ਜ਼ਰੂਰ ਕਰੋ ਆਪਣੇ ਦੋਸਤ ਮਿੱਤਰਾਂ ਤੱਕ ਉਸ ਤੋਂ ਇਲਾਵਾ ਤੁਸੀਂ ਹਿਸਟਰੀ ਦੀ ਤਿਆਰੀ ਜਿਹੜੇ ਕਰ ਰਹੇ ਹੋ ਬੱਚੇ ਮਾਸਟਰ ਕੇਡਰ ਦੇ ਲਈ ਤੋਂ ਫ੍ਰੀ ਕਲਾਸਾਂ ਆਪਣੇ ਚੈਨਲ ਤੇ ਚੱਲਦੀਆਂ ਔਰ ਅੱਜ ਤੋਂ ਹੀ ਲਾਈਵ ਕਲਾਸ ਈਵਨਿੰਗ 4 ਵਜੇ ਹੁੰਦੀ ਆ ਹਰ ਰੋਜ਼ ਸੋ ਉਹ ਫ੍ਰੀ ਕਲਾਸ ਜ਼ਰੂਰ ਜੁਆਇਨ ਕਰਿਓ ਆ ਜੋ ਕਲਾਸ ਸਟਾਰਟ ਹੋਣ ਵਾਲੀ ਹੈ ਅੱਜ ਈਵਨਿੰਗ 4 ਵਜੇ ਆਪਾਂ ਕਲਾਸ ਜ਼ਰੂਰ ਲਵਾਂਗੇ ਤਾਂ ਉਹ ਕਲਾਸ ਨੂੰ ਤੁਸੀਂ ਜ਼ਰੂਰ ਜੁਮੈਨ ਕਰ ਸਕਦੇ ਹੋ ਇਸ ਤੋਂ ਬਾਅਦ ਪੰਜਾਬੀ ਮਾਸਟਰ ਕੈਡ ਦੀ ਜਿਹੜੇ ਤਿਆਰੀ ਕਰ ਰਹੇ ਹੋ ਉਹਨਾਂ ਵਾਸਤੇ ਫ੍ਰੀ ਕਲਾਸ ਆਪਣੇ ਚੈਨਲ ਤੇ ਚੱਲਦੀਆਂ ਜਿਸ ਦੇ ਵਿੱਚ ਲਗਭਗ 120 ਲੈਕਚਰ ਪੰਜਾਬੀ ਮਾਸਟਰ ਕੈਡਰ ਦੇ ਬਣੇ ਹੋਏ ਆ ਸੋ ਉਸ ਦੀ ਪਲੇਲਿਸਟ ਇੱਕ ਵਾਰ ਡਿਲੀਟ ਕੀਤੀ ਗਈ ਹੈ ਥੋੜਾ ਜਿਹਾ ਟੈਕਨੀਕਲ ਪ੍ਰੋਬਲਮ ਕਰਕੇ ਜਲਦੀ ਇੱਕ ਦੋ ਦਿਨਾਂ ਦੇ ਵਿੱਚ ਇਸੇ ਚੈਨਲ ਤੇ ਤੁਹਾਨੂੰ ਉਸ ਦੀ ਪਲੇਲਿਸਟ ਵੀ ਮਿਲ ਜਾਏਗੀ 120 ਵੀਡੀਓ ਤੁਸੀਂ ਉਹ ਵੀ ਦੇਖ ਕੇ ਆਪਣੇ ਪੰਜਾਬੀ ਮਾਸਟਰ ਕੈਡ ਦੀ ਤਿਆਰੀ ਬਿਲਕੁਲ ਫ੍ਰੀ ਦੇ ਵਿੱਚ ਕਰ ਤੁਹਾਡੇ ਕਿ ਰੱਖਿਆ ਜਾ ਰਿਹਾ ਤੁਹਾਡੇ ਕੋਲੇ ਆਫਰ ਹੈ 5 ਅਕਤੂਬਰ ਤੱਕ ਔਰ 5 ਅਕਤੂਬਰ ਤੱਕ ਜਿਹੜੀ ਫੀਸ ਓਨਲੀ 100 ਰੁਪੀ ਹੋਏਗੀ ਔਰ ਫੁੱਲ ਇਨਫੋਰਮੇਸ਼ਨ ਤੁਹਾਨੂੰ ਆਪਣੇ ਵਟਸਐਪ ਨੰਬਰ ਤੇ ਮਿਲ ਜੇਗੀ ਔਰ ਇਸ ਤੇ ਤੁਹਾਨੂੰ ਇੱਕ ਮੈਸੇਜਸ ਕਰਨ ਦੀ ਜ਼ਰੂਰਤ ਹੈ ਤਾਂ ਉਸ ਤੋਂ ਬਾਅਦ ਤੁਹਾਡੇ ਨਾਲ ਕਾਲ ਵੀ ਕੀਤੀ ਜਾ ਸਕਦੀ ਹੈ ਔਰ ਤੁਹਾਨੂੰ ਇੱਕ ਇੱਕ ਚੀਜ਼ ਜਿਹੜੀ नोट कराई जाएगी कि किस तरह ਤੁਸੀਂ ਕਲਾਸ ਜੁਆਇਨ ਕਰਨੀ ਹੈ ਪੂਰਾ ਫੁੱਲ ਪ੍ਰੋਸੈਸ ਕੀ ਹੈ ਠੀਕ ਹੈ ਜੀ ਮਿਲਦੇ ਹਾਂ ਇਸੇ ਤਰ੍ਹਾਂ ਹੋਰ ਵੀਡੀਓ ਲੈ ਕੇ ਔਰ ਈਵਨਿੰਗ 4 ਵਜੇ ਲਾਈਵ ਕਲਾਸ ਹਿਸਟਰੀ ਵਾਲੀ ਹੋਗੀ ਉਹ ਜ਼ਰੂਰ ਜੁਆਇਨ ਕਰ ਲਿਓ ਔਰ ਜੋ ਬੱਚੇ ਚਾਹੁੰਦੇ ਕਿ ਅਸੀਂ ਡੈਮੋ ਕਲਾਸ ਚਾਹੀਏ ਉਹਨਾਂ ਨੂੰ ਡੈਮੋ ਕਲਾਸ ਵੀ ਉਹਨਾਂ ਦੇ WhatsApp ਨੰਬਰ ਤੇ ਸੈਂਡ ਕਰ ਦਿੱਤੀ ਜਾਏਗੀ ਔਰ ਕਿਸੇ ਤਰ੍ਹਾਂ ਦਾ ਕੋਈ ਰੀਜ਼ਨ ਨਹੀਂ ਹੋਏਗਾ ਠੀਕ ਹੈ ਜੀ ਥੈਂਕ ਯੂ ਸੋ ਮਚ ਟੇਕ ਕੇਅਰ ਬਾਏ